ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸੋਮਵਾਰ ਦੀ ਅਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰ ਸ਼ਰਨਕੌਰ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ ਸਮੇਤ ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਪੰਜਾਬ ਦੀਆਂ ਖਾਸ ਖਬਰਾਂ ਤੋਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਉਸ ਲਾਸਾਨੀ ਕੁਰਬਾਨੀ ਨੂੰ ਯਾਦ ਕਰਾਂਗੇ ਜਿਹੜੀ ਦੁਨੀਆ ਦੇ ਵਿੱਚ ਸਿਰਫ ਕੱਲੀ ਹੋਈ ਹੈ ਮਨੁੱਖੀ ਅਧਿਕਾਰਾਂ ਦੀ ਰਾਖੀ ਖਾਤਰ ਜਦੋਂ ਇੱਕ ਵੱਡੀ ਕੁਰਬਾਨੀ ਦਿੱਲੀ ਦੇ ਵਿੱਚ ਦਿੱਤੀ ਗਈ ਸੀ ਪਰੇ ਉਪਕਾਰ ਖਾਤਰ ਹੋਈ ਪਾਤਸ਼ਾਹ ਦੀ ਲਸਾਨੇ ਸ਼ਹਾਦਤ ਕੁੱਲ ਸੰਸਾਰ ਨੂੰ ਮਨੁੱਖੀ ਹੱਕਾਂ ਦੇ ਲਈ ਬਰਾਬਰਤਾ ਅਤੇ ਧਾਰਮਿਕ ਤੇ ਸਮਾਜਿਕ ਆਜ਼ਾਦੀ ਦੇ ਲਈ ਚੇਤਨਨ ਕਰਦੀ ਹੈ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਚਾਂਦਨੀ ਚੌਂਕ ਅੰਮ੍ਰਿਤਸਰ ਦੇ ਇਤਿਹਾਸਿਕ ਗੁਰਦੁਆਰਾ ਗੁਰੂ ਕੇ ਮਹਿਲ ਸਮੇਤ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਵੱਲੋਂ ਵੱਖ-ਵੱਖ ਗੁਰਦੁਖਣਾਂ ਦੇ ਵਿੱਚ ਸ਼ਹੀਦੀ ਸਮਾਗਮ ਕਰਵਾਏਗੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਹੀ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਸੀ ਗੁਰੂ ਸਾਹਿਬ ਨੂੰ ਸੀਸ ਧੜ ਦੇ ਨਾਲ ਵੱਖ ਕਰਕੇ ਸ਼ਹੀਦ ਕੀਤਾ ਗਿਆ ਸੀ ਗੁਰੂ ਸਾਹਿਬ ਤੋਂ ਪਹਿਲਾਂ ਉਹਨਾਂ ਦੇ ਨਾਲ ਮੌਜੂਦ ਸਿੰਘਾਂ ਸਾਥੀ ਸਿੰਘਾਂ ਭਾਈ ਮਤੀ ਦਾਸ ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਵੀ ਕੋ-ਕੋ ਕੇ ਸ਼ਹੀਦ ਕੀਤਾ ਗਿਆ ਸੀ ਬਦਨੀ ਪਿੰਡ ਦੇ ਵਿੱਚ ਪਰਸੁਰਮ ਬ੍ਰਾਹਮਣ ਸਭਾ ਦੇ ਵੱਲੋਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਖਾਸ ਪ੍ਰੋਗਰਾਮ ਕਰਵਾਏ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮੌਕੇ ਇੱਕ ਖਾਸ ਮੰਗ ਰੱਖੀ ਹੈ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਕਮੇਟੀ ਨੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਦਾ ਨਾਮ ਬਦਲ ਕੇ ਹਿੰਦ ਦੀ ਚਾਦਰ ਗੁਰਤੇਗ ਬਹਾਦਰ ਰੱਖੇ ਜਾਣ ਦੀ ਮੰਗ ਕੀਤੀ ਹੈ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਸੱਚੇ ਮਨ ਤੋਂ ਇਹ ਹਿੰਦੁਸਤਾਨ ਦੇ ਲੋਕ ਜਾਂ ਹਿੰਦੁਸਤਾਨ ਦੀ ਮੌਜੂਦਾ ਸਰਕਾਰ ਗੁਰੂ ਸਾਹਿਬ ਦੀ ਉਸ ਕੁਰਬਾਨੀ ਨੂੰ ਅੰਤਮ ਸਤਿਗੁੰਦੀ ਆ ਤਾਂ ਮੈਂ ਕਹਿ ਦੇਣਾ ਚਾਹੁੰਦਾ ਕਿ ਭਾਵੇਂ ਕਿ ਇੰਦਰਾ ਗਾਂਧੀ ਦਾ ਗੁਰਤੇਗ ਬਾਦਰ ਜੀ ਮਹਾਰਾਜ ਨਾਲ ਕਿਸੇ ਵੀ ਤਰ੍ਹਾਂ ਅਸੀਂ ਤੁਲਨਾ ਨਹੀਂ ਕਰ ਸਕਦੇ ਨਾ ਕਰ ਰਹੇ ਆ ਪਰ ਇੱਕ ਪਾਸੇ ਉਹ ਲੋਕ ਨੇ ਜਿਹੜੇ ਮਨੁੱਖਤਾ ਦੇ ਕਾਤਲ ਨੇ ਇੰਦਰਾ ਗਾਂਧੀ ਵਰਗੇ ਤੇ ਦੂਸਰੇ ਪਾਸੇ ਮਨੁੱਖਤਾ ਦੇ ਭਲੇ ਲਈ ਮਨੁੱਖਤਾ ਦੇ ਹਿੱਤਾਂ ਲਈ ਮਾਨਵਤਾ ਦੇ ਲਈ ਜੋ ਕੁਰਬਾਨੀ ਗੁਰੂ ਗੋਬਿੰਦ ਸਿੰਘ ਜੀ ਮਾ ਗੁਰੂ ਤੇਗ ਬਾਦਰ ਜੀ ਮਹਾਰਾਜ ਨੇ ਕੀਤੀ ਆ ਉਹਨਾਂ ਨੂੰ ਇਹ ਸਹੀ ਯਾਦ ਕਰਨਾ ਤੇ ਇੰਦਰਾ ਗਾਂਧੀ ਵਰਗੇ ਜ਼ਾਲਮ ਜਿਹੜੇ ਸ਼ਾਸਕ ਆ ਉਹਨਾਂ ਦੇ ਨਾਮ ਜਿਹੜੇ ਹਟਾ ਦੇਣੇ ਚਾਹੀਦੇ ਆ ਮੈਂ ਖਾਸ ਤੌਰ ਤੇ ਕਹਿ ਦੇਣਾ ਚਾਹੁੰਦਾ ਕਿ ਦੇਸ਼ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਅੰਤਰਰਾਸ਼ਟਰੀ ਹਵਾਈ ਅਡਾ ਜਿਹੜਾ ਕਿ ਇੰਦਰਾ ਗਾਂਧੀ ਦੇ ਨਾਮ ਤੇ ਆ ਉਹ ਇੰਦਰਾ ਗਾਂਧੀ ਦੇ ਨਾਮ ਤੋਂ ਹਟਾ ਕੇ ਇਸ ਦੇਸ਼ ਦੇ ਲਈ ਲਾਸਾਨੀ ਕੁਰਬਾਨੀ ਕਰਨ ਵਾਲੇ ਗੁਰਤੇਗ ਬਾਦਰ ਜੀ ਮਹਾਰਾਜ ਜੀ ਦੇ ਨਾਮ ਨੂੰ ਸਮਰਪਨ ਕਰ ਲੈਣਾ ਚਾਹੀਦਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਭੇਟ ਕਰਦੇ ਕਿਹਾ ਕਿ ਗੁਰੂ ਸਾਹਿਬ ਨੇ ਅਨਿਆਂ ਅਤੇ ਅਤਿਆਚਾਰ ਮੂਰੇ ਝੁਕਣ ਤੋਂ ਇਨਕਾਰ ਕਰ ਦਿੱਤਾ ਸੀ ਗੁਰੂ ਸਾਹਿਬ ਦੀ ਸਿੱਖਿਆ ਦੇ ਸ਼ਵਾਸੀਆਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ ਮੈਂ ਗੁਰਤੇਗ ਬਹਾਦਰ ਸਾਹਿਬ ਨੂੰ ਉਨ੍ਹਾਂ ਦੀ ਸ਼ਹਾਦਤ ਵਾਲੇ ਦਿਨ ਸ਼ਰਧਾਂਜਲੀ ਭੇਟ ਕਰਦਾ ਹਾਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਮੁੱਖ ਮੰਤਰੀ ਭਗਵੰਤ ਸਿੰਘ ਮਨ ਸਭ ਦਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਵੱਖ-ਵੱਖ ਲੀਡਰਾਂ ਨੇ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਦਿੱਤੀ। ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਸਮੇਤ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸੱਚਤਾ ਕੀਤਾ। ਗੱਲ ਮੌਸਮ ਦੀ ਕਰਾਂਗੇ, ਮੌਨਸੂਨ ਵਾਂਗ ਠੰਡ ਵੀ ਐਤਕੀ ਨਵੇਂ ਰਿਕਾਰਡ ਕਾਇਮ ਕਰਦੇ ਦਿਖਾਈ ਦੇ ਰਹੀ ਹੈ। ਪਹਾੜੀ ਸੂਬਿਆਂ ਦੇ ਵਿੱਚ ਹੋ ਰਹੀ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਜਿਸ ਕਰਕੇ ਉੱਤਰੀ ਭਾਰਤ ਦੇ ਲੋਕ ਲਗਭਗ ਕੰਬਣ ਲੱ 15 ਨਵੰਬਰ ਤੋਂ ਤਾਪਮਾਨ ਤੇਜ਼ੀ ਦੇ ਨਾਲ ਡਿੱਗ ਰਿਹਾ ਹੈ ਦਿੱਲੀ ਐਨਸੀਆਰ ਦੇ ਵਿੱਚ ਵੀ ਠੰਡ ਨੇ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ ਨੇ ਐਤਵਾਰ ਪਿਛਲੇ 5 ਸਾਲਾਂ ਦਾ ਸਭ ਤੋਂ ਠੰਡਾ ਦਿਨ ਰਿਹਾ ਇੱਥੇ ਘੱਟੋ ਘੱਟ ਤਾਪਮਾਨ 7.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 2 ਸੈਲਸੀਅਸ ਘੱਟ ਹੈ ਕਸ਼ਮੀਰ ਦੇ ਵਿੱਚ ਵੀ ਘੱਟੋ ਘੱਟ ਤਾਪਮਾਨ 0 ਤੋਂ ਹੇਠਾਂ ਚਲਾ ਗਿਆ ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਸ਼੍ਰੀਨਗਰ ਦੇ ਵਿੱਚ ਐਤਵਾਰ ਰਾਤ ਨੂੰ ਘੱਟੋ ਘੱਟ ਤਾਪਮਾਨ 0 ਤੋਂ 2.1 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਦਰਜ ਕੀਤਾ ਗਿਆ ਜਿਹੜਾ ਕਿ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਹੈ ਦਿੱਲੀ ਐਨਸੀਆਰ ਦੇ ਵਿੱਚ ਰਿਕਾਰਡ ਤੋੜ ਠੰਡ ਜਿੱਥੇ ਪੈ ਰਹੀ ਹੈ ਉੱਥੇ ਰਾਜਸਥਾਨ ਦੇ ਵਿੱਚ ਵੀ ਠੰਡ ਸ਼ੁਰੂ ਹੋ ਗਈ ਹੈ ਪੰਜਾਬ ਦੇ ਰਹਿਣ ਵਾਲੇ ਲੋਕ ਜਾਣਦੇ ਨੇ ਕਿ ਪੰਜਾਬ ਦੇ ਵਿੱਚ ਵੀ ਦਿਨ ਤੜਕੇ ਅਤੇ ਆਥਣੇ ਦੀ ਜਿਹੜੀ ਠੰਡ ਹੈ ਉਹ ਤਾਂ ਬਹੁਤ ਜ਼ਿਆਦਾ ਪੈ ਰਹੀ ਹੈ ਦਿਨ ਵੇਲੇ ਵੀ ਲੋਕ ਠੋਠਰ ਕਰਦੇ ਦਿਖਾਈ ਦਿੰਦੇ ਨੇ ਹੁਣ ਧੁੱਪਾਂ ਦੇ ਵਿੱਚ ਬੈਠਣ ਦਾ ਸਮਾਂ ਆ ਗਿਆ ਹੈ ਤੇ ਰਾਜਸਥਾਨ ਦੇ ਵਿੱਚ ਰਾਤ ਨੂੰ ਧੁੰਦ ਪੈਂਦੀ ਹੈ ਜਿਸ ਕਰਕੇ ਤਾਪਮਾਨ 7 ਡਿਗਰੀ ਤੋਂ ਵੀ ਹੇਠਾਂ چلا ਗਿਆ ਮੌਸਮ ਵਿਭਾਗ ਨੇ ਤਾਮਿਲਨਾਡੂ ਆਂਧਰਾ ਪ੍ਰਦੇਸ਼ ਕੇਰਲਾ ਪੁੱਡੂਚੇਰੀ ਅੰਡੇਮਨ ਤੇ ਨਿਕੋਬਾ ਤਾਪੂsਮੀਤ کئی ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਚਿਤਾਈ ਹੈ ਮੌਸਮ ਵਿਭਾਗ ਦੇ ਅਨੁਸਾਰ ਉੱਤਰੀ ਅੰਡੇਮਨ ਸਾਗਰ ਦੇ ਵਿੱਚ ਇੱਕ ਤਾਜ਼ਾ ਚੱਕਰਵਾਤੀ ਚੱਕਰ ਆਉਣ ਦੀ ਸੰਭਾਵਨਾ ਹੈ ਜਿਸ ਕਾਰਨ ਮੌਸਮ ਤੇਜ਼ੀ ਦੇ ਨਾਲ ਬਦਲੇਗਾ ਸੋ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਠੰਡ ਤੋਂ ਬਚਾਅ ਦੇ ਲਈ ਜੋ ਵੀ ਪ੍ਰਬੰਧ ਕਰਨੇ ਹੁੰਦੇ ਨੇ ਕੱਪੜੇ ਲੀੜੇ ਮੋਟੇ ਪਾਉਣ ਦੇ ਅਤੇ ਖਾਣ ਪੀਣ ਦੇ ਵਿੱਚ ਵੀ ਬਦਲਾ ਭਾਲਦਾ ਹੈ ਸਰੀਰ ਉਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਲੀਡਰ ਅਮਰਿਤਪਾਲ ਸਿੰਘ ਦੇ ਵੱਲੋਂ ਕਥਿਤ ਪਖੰਡੀ ਪਾਸਟਰਾਂ ਦੇ ਖਿਲਾਫ ਜਿਹੜੀ ਆਵਾਜ਼ ਚੁੱਕੀ ਗਈ ਸੀ ਉਸ ਤੇ ਪਹਿਲਾਂ ਸੁਪਰੀਮ ਕੋਰਟ ਨੇ ਮੋੜ ਲਾਈ ਤੇ ਕੇਂਦਰ ਸਰਕਾਰ ਨੇ ਵੀ ਅਦਾਲਤ ਵਿੱਚ ਵੱਡਾ ਬਿਆਨ ਦਿੱਤਾ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਾਖਲ ਕਰਦੇ ਹੋਏ ਕਿਹਾ ਕਿ ਛੇਤੀ ਹੀ ਸਰਕਾਰ ਧਰਮ ਪਰਿਵਰਤਨ ਦੇ ਖਿਲਾਫ ਕਾਨੂੰਨ ਲੈ ਕੇ ਆਵੇਗੀ। ਮੋਦੀ ਸਰਕਾਰ ਨੇ ਕਿਹਾ ਕਿ ਮਾਮਲਾ ਕਾਫੀ ਗੰਭੀਰ ਹੈ ਤੇ ਸਰਕਾਰ ਵੀ ਇਸ ਤੋਂ ਜਾਣੂ ਹੈ। 14 ਨਵੰਬਰ ਨੂੰ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਅਸ਼wini ਉਪਾਧਿਆਏ ਦੇ ਵੱਲੋਂ ਪਾਈ ਗਈ ਪਟੀਸ਼ਨ ਨੂੰ ਗੰਭੀਰ ਦੱਸਦਿਆਂ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਸੀ। ਅਸ਼wini ਉਪਾਧਿਆਏ ਨੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਧਰਮ ਪਰਿਵਰਤਨ ਦੇ ਖਿਲਾਫ ਜਾਂ ਤਾਂ ਨਵਾਂ ਕਾਨੂੰਨ ਬਣਾਇਆ ਜਾਵੇ ਜਾਂ ਫਿਰ IPC ਦੀ ਧਾਰਾ 15 ਦੇ ਨਾਲ ਦੋ ਹੋਰ ਤਰ੍ਹਾਂਆਂ ਮੰਗਾਂ ਜੋੜੀਆਂ ਜਾਣ ਉਹਨਾਂ ਨੇ ਕਿਹਾ ਕਿ ਜੋ ਤੱਕ ਹਵਾਲੇ ਦੀ ਫੰਡਿੰਗ ਨਹੀਂ ਰੁਕੇਗੀ ਉਦੋਂ ਤੱਕ ਧਰਮ ਪਰਿਵਰਤਨ ਵੀ ਹੁੰਦਾ ਰਹੇਗਾ ਪਟੀਸ਼ਨਕਰਤਾ ਨੇ ਮੰਗ ਕੀਤੀ ਹੈ ਕਿ ਧਰਮ ਪਰਿਵਰਤਨ ਕਰਨ ਵਾਲਿਆਂ ਦੀ ਜਾਇਦਾਦ ਜ਼ਬਤ ਹੋਣੀ ਚਾਹੀਦੀ ਹੈ ਇਸ ਦੇ ਲਈ 10 ਤੋਂ 20 ਸਾਲ ਦੀ ਸਜ਼ਾ ਦਾ ਕਾਨੂੰਨ ਬਣਾਇਆ ਜਾਵੇ ਹਰਿਆਣਾ ਅੱਗੇ ਹੀ ਅੱਗੇ ਵਧਦਾ ਚਾਰ ਹੈ ਹਰਿਆਣਾ ਹੁਣ ਚੰਡੀਗੜ ਰੇਲਵੇ ਸਟੇਸ਼ਨ ਦਾ ਨਾਮ ਵੀ ਬਦਲਣਾ ਚਾਹੁੰਦਾ ਹੈ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਇਸ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਲਿਖੀ ਹੈ ਤੇ ਉਹਨਾਂ ਨੇ ਰੇਲਵੇ ਸਟੇਸ਼ਨ ਦਾ ਨਾਮ ਚੰਡੀਗੜ ਪੰਚਕੁਲਾ ਰੱਖੇ ਜਾਣ ਦੀ ਵਕਾਲਤ ਕੀਤੀ ਹੈ। ਗੁਪਤਾ ਨੇ ਪੰਚਕੁਲਾ ਦੇ ਯਾਤਰੀਆਂ ਨੂੰ ਵੀ ਚੰਡੀਗੜ ਰੇਲਵੇ ਸਟੇਸ਼ਨ ਦੀ ਤਰ੍ਹਾਂ ਸਹੂਲਤਾਂ ਦੇਣ ਦੀ ਮੰਗ ਕੀਤੀ ਹੈ। ਗੁਪਤਾ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦਾ ਨਾਮ ਚੰਡੀਗੜ ਪੰਚਕੁਲਾ ਰੇਲਵੇ ਸਟੇਸ਼ਨ ਹੋਣ ਦੇ ਨਾਲ ਪੰਚਕੁਲਾ ਆਉਣ ਵਾਲੇ ਯਾਤਰੀਆਂ ਨੂੰ ਖਾਸ ਲਾਭ ਹੋਵੇਗਾ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੇ ਦੱਸਿਆ ਮંત્રી ਅਸ਼ਨਵੀ ਬੈਸ਼ਨਵ ਦੇ ਨਾਲ ਇਸ ਬਾਰੇ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਸੀ ਕਿ ਇਸ ਸਬੰਧੀ ਸੂਬਾ ਸਰਕਾਰ ਦੇ ਵੱਲੋਂ ਇੱਕ ਪ੍ਰਸਤਾਵ ਤਿਆਰ ਕਰਕੇ ਭੇਜਿਆ ਜਾਵੇ ਜਿਸ ਤੋਂ ਬਾਅਦ ਹੀ ਉਹਨਾਂ ਨੇ ਹੁਣ ਰੇਲ ਮੰਤਰਾਲੇ ਨੂੰ ਚਿੱਠੀ ਲਿਖੀ ਹੈ ਗੁਪਤਾ ਨੇ ਇਹ ਵੀ ਕਿਹਾ ਕਿ ਚੰਡੀਗੜ੍ਹ ਪੰਚਕੁਲਾ ਦੇ ਲੋਕਾਂ ਨੂੰ ਬਿਹਤਰ ਕਨੈਕਟੀਵਿਟੀ ਪ੍ਰਦਾਨ ਕਰਨ ਦੇ ਲਈ ਰੇਲਵੇ ਲਾਈਨ ਦੇ ਥੱਲੇ ਅੰਡਰਪਾਸ ਬਣਾਇਆ ਜਾਵੇਗਾ ਪੰਜਾਬ ਦੇ ਵਿੱਚ ਹਥਿਆਰਾਂ ਦੇ ਖਿਲਾਫ ਸਖਤਾਈ ਤੋਂ ਬਾਅਦ ਪੁਲਿਸ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ 10 ਸਾਲ ਦੇ ਬੱਚੇ ਤੇ ਐਫਆਈਆਰ ਦਰਜ ਕਰਨ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤੰਜ ਕੱਸਦਿਆਂ ਉਹਨਾਂ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ਪੁਰਾਣੀ ਤਸਵੀਰ ਹੈ ਜਿਸ ਤੇ ਵਿੱਚ ਭਗਵੰਤ ਮਾਨ ਨੇ ਹਥਿਆਰ ਫੜਿਆ ਹੋਇਆ ਇਸ ਤਸਵੀਰ ਦੇ ਨਾਲ ਮਜੀਠੀਆ ਨੇ ਲਿਖਿਆ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਪਰ ਪਰਚੇ ਬੱਚਿਆਂ ਤੇ ਹੋ ਰਹੇ ਨੇ ਇਸ ਟਵੀਟ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੈਗ ਵੀ ਕੀਤਾ ਹੈ ਹੁਣ ਵੱਡਾ ਸਵਾਲ ਹੈ ਕਿ ਮਜੀਠੀਆ ਸੀਐਮ ਭਗਵੰਤ ਮਾਨ ਦੀ ਹਥਿਆਰ ਵਾਲੀ ਫੋਟੋ ਤਾਂ ਕੱਢ ਲਿਆਏ ਨੇ ਪਰ ਕੀ ਹੁਣ ਸੀਐਮ ਮਾਨ ਦੇ ਖਿਲਾਫ ਵੀ ਪਰਚਾ ਦਰਜ ਹੋਵੇਗਾ ਹਾਲਾਂਕਿ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਭਗਵੰਤਬਾਨ ਦੀ ਇਹ ਤਸਵੀਰ ਹਾਲੇ ਵੀ ਉਹਨਾਂ ਦੇ ਪੇਜ ਉੱਤੇ ਪਈ ਹੋਈ ਹੈ ਜਾਂ ਫਿਰ ਨਹੀਂ ਤੇ ਅੰਮ੍ਰਿਤਸਰ ਦੇ ਜਿਹੜੇ 10 ਸਾਲ ਦੇ ਬੱਚੇ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ ਉਸ ਖਿਲਾਫ ਪਰਚਾ ਜਿਹੜਾ ਵਾਪਸ ਲੈ ਲਿਆ ਗਿਆ ਹੈ 2 ਦਿਨ ਪਹਿਲਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਦੀ ਪੁਸ਼ਟੀ ਕੀਤੀ ਸੀ ਹਦਿਆਰਾਨੀਆ ਤਸਵੀਰਾਂ ਦੇ ਚੱਲ ਰਹੇ ਇਸ ਰੌਲੇ ਦੇ ਦਰਮਿਆਨ ਇੱਕ ਤਸਵੀਰ ਬੜੀ ਚਰਚਾ ਦੇ ਵਿੱਚ ਹੈ ਪੰਜਾਬੀ ਫਿਲਮ ਅਦਾਕਾਰਾ ਸਰਗੁਣ ਮਹਿਤਾ ਦੀ ਤਸਵੀਰ ਜੋ ਸਰਗੁਣ ਨੇ ਇੱਕ ਦਿਨ ਪਹਿਲਾਂ ਹੀ ਸਾਂਝੀ ਕੀਤੀ ਹੈ ਭਾਵੇਂ ਤਸਵੀਰ ਦੀ ਕੈਪਸ਼ਨ ਦੇ ਵਿੱਚ ਸਰਗੁਣ ਨੇ ਤਸਵੀਰ ਸਾਂਝੀ ਕਰਨ ਦਾ ਕਾਰਨ ਐਤਵਾਰ ਨੂੰ ਕੰਮ ਤੇ ਬੁਲਾਉਣਾ ਦੱਸਿਆ ਹੈ ਕਿ ਜਦੋਂ ਮੈਨੂੰ ਐਤਵਾਰ ਨੂੰ ਕੰਮ ਤੇ ਬੁਲਾਉਂਦੇ ਨੇ ਤਾਂ ਰੋਣਾ ਆਉਂਦਾ ਹੈ ਉਹਨਾਂ ਨੂੰ ਸ਼ੂਟ ਕਰਨ ਦਾ ਮਨ ਕਰਦਾ ਹੈ ਇਹ ਭਾਵਨਾ ਸਰਗੁਣ ਨੇ ਤਸਵੀਰਾਂ ਰਾਹੀਂ ਸਾਂਝੀ ਕੀਤੀ ਹੈ ਪਰ ਇਸ ਤਸਵੀਰ ਨੂੰ ਲੈ ਕੇ ਕਈ ਲੋਕ ਸਰਗੁਣ ਮਹਿਤਾ ਦੀ ਹਿੰਮਤ ਦੀ ਦਾਤ ਦੇ ਰਹੇ ਨੇ ਕਿ ਜਦੋਂ ਪੰਜਾਬ ਸਰਕਾਰ ਹਥਿਆਰਾਂ ਵਾਲੀਆਂ ਤਸਵੀਰਾਂ ਪੋਸਟ ਕਰਨ ਵਾਲਿਆਂ ਖਿਲਾਫ ਪਰਚੇ ਦੇ ਆਰਡਰ ਦੇ ਰਹੀ ਹੈ ਜਦੋਂ ਪੰਜਾਬ ਦੇ ਡੀਜੀਪੀ ਸੋਸ਼ਲ ਮੀਡੀਆ ਤੋਂ ਹਥਿਆਰਾਂ ਵਾਲੀਆਂ ਤਸਵੀਰਾਂ ਹਟਾਉਣ ਦੇ ਲਈ ਪੰਜਾਬੀਆਂ ਨੂੰ 72 ਘੰਟਿਆਂ ਦਾ ਸਮਾਂ ਦੇ ਰਹੇ ਨੇ ਉਸ ਵਕਤ ਸਰਗੁਣ ਨੇ ਪਿਸਤੌਲ ਵਾਲੀ ਤਸਵੀਰ ਸੋਸ਼ਲ ਮੀਡੀਆ ਤੇ ਸਾਂਝੀ ਕਰਨ ਦੀ ਹਿੰਮਤ ਦਿਖਾਈ ਹੈ ਇਹ ਇੱਕ ਬਹੁਤ ਵੱਡੀ ਗੱਲ ਹੈ ਉਸੀ ਸਰਗੁਣ ਮਹਿਤਾ ਦੇ ਫੇਸਬੁੱਕ ਪੇਜ ਤੇ ਜਾ ਕੇ ਉਹਨਾਂ ਦੀ ਇਹ ਪੋਸਟ ਦੇਖ ਸਕਦੇ ਹਾਂ ਪੰਜਾਬ ਤੇ ਭਾਰਤ ਨੂੰ ਕੌਮਾਂਤਰੀ ਪੱਧਰ ਤੇ ਖੇਡਾਂ ਦੇ ਵਿੱਚ ਮਾਣ ਦਿਵਾਉਣ ਵਾਲੇ ਪੈਰਾਓਲੰਪਿਕਸ ਖਿਡਾਰੀਆਂ ਨੇ ਚੰਡੀਗੜ੍ਹ ਦੇ ਵਿੱਚ ਆਪਣਾ ਗੁੱਸਾ ਕੱਢਿਆ ਸੋਮਵਾਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਖਿਡਾਰੀਆਂ ਦੀ ਵਫ਼ਦ ਨੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਨੂੰ ਘੇਰਿਆ ਤੇ ਰੋਸ ਪ੍ਰਦਰਸ਼ਨ ਕੀਤਾ ਵੱਖ-ਵੱਖ ਖੇਡਾਂ ਦੇ ਵਿੱਚ ਕੌਮਾਂਤਰੀ ਪੱਧਰ ਤੇ ਪ੍ਰਾਪਤੀਆਂ ਹਾਸਲ ਕਰਨ ਵਾਲੇ ਇਹ ਖਿਡਾਰੀ ਪੰਜਾਬ ਸਰਕਾਰ ਤੋਂ ਨੌਕਰੀਆਂ ਦੀ ਮੰਗ ਕਰ ਰਹੇ ਹਨ ਤਾਂ ਜੋ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਸਹੀ ਤਰੀਕੇ ਦੇ ਨਾਲ ਹਰ ਹੋ ਸਕੇ ਗੁਜ਼ਾਰਾ ਹੋ ਸਕੇ ਮੌਜੂਦਾ ਸਮੇਂ ਦੇ ਵਿੱਚ ਆਰਥਿਕ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰ ਰਹੇ ਨਾ ਖਿਡਾਰੀਆਂ ਨੇ ਸਰਕਾਰ ਤੇ ਵਾਅਦਾ ਖਿਲਾਫੀ ਦਾ ਦੋਸ਼ ਲਾਇਆ ਤੇ ਕਿਹਾ ਕਿ ਹੁਣ ਤੱਕ ਸਰਕਾਰ ਨੇ ਸਿਰਫ 올림픽ਸ ਖਿਡਾਰੀਆਂ ਨੂੰ ਹੀ ਨੌਕਰੀ ਦਿੱਤੀ ਹੈ ਪੈਰਾ 올림픽ਸ ਖਿਡਾਰੀਆਂ ਨੂੰ ਬਿਲਕੁਲ ਹੀ ਅਣਗੌਲਿਆ ਕੀਤਾ ਹੈ ਖਿਡਾਰੀਆਂ ਨੇ ਮੰਗ ਕੀਤੀ ਕਿ ਹਰਿਆਣਾ ਰਾਜਸਥਾਨ ਦੀਆਂ ਖੇਡਾਂ ਵਾਂਗ ਇੱਥੇ ਵੀ ਖਿਡਾਰੀਆਂ ਨੂੰ ਸਮਾਨ ਉਪਲਬਧ ਕਰਵਾਇਆ ਜਾਵੇ ਤੇ ਨੌਕਰੀਆਂ ਦਿੱਤੀਆਂ ਜਾਣ ਪਰ ਕੁਝ ਬਦਲਾਅ ਨਹੀਂ ਆਇਆ ਇਸੇ ਤਰ੍ਹਾਂ ਜਦੋਂ ਅਸੀਂ ਲੈਟਰ ਭੇਜਦੇ ਆ ਤਾਂ ਸਾਨੂੰ ਅੱਗੋਂ ਇਹ ਜਵਾਬ ਆਉਂਦਾ ਕਿ ਤੁਹਾਡੇ ਆਸਤੇ ਸਾਡੇ ਕੋਲ ਡਾਟਾ ਸਮਾਨ ਆ ਅਸੀਂ ਟੈਂਡਰ ਪਾਸ ਕਰਾਂਗੇ ਜਦੋਂ ਕਦੇ ਅਸੀਂ ਟੈਂਡਰ ਪਾਸ ਕੀਤਾ ਫਿਰ ਤੁਹਾਡੀ ਗੱਲ ਤੇ ਵਿਚਾਰਿਆ ਜਾਊਗਾ 100% ਹੈਂਡੀਕੈਪਟਾ ਸਾਨੂੰ ਉਦੋਂ ਮਹਿਸੂਸ ਹੁੰਦਾ ਹੈਂਡੀਕੈਪਟ ਜਦੋਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਸਾਡੀ ਕੋਈ ਗੱਲ ਨਹੀਂ ਸੁਣਦੇ ਤਾਂ ਸਾਨੂੰ ਆਪ ਦੇ ਆਪ ਤੇ ਮਹਿਸੂਸ ਹੁੰਦਾ ਕਿ ਅਸੀਂ ਹੈਂਡੀਕੈਪਟ ਹੋ ਕੇ ਇਹਨੇ ਮੈਡਲ ਜਿੱਤੇ ਏਸ਼ੀਆ ਵਿੱਚ ਮੇਰੀ ਤੀਜੀ ਰੈਂਕ ਗਿਆ ਵਰਲਡ 'ਚ ਮੇਰੀ ਪੰਜਵੀਂ ਆ ਤਾਂ ਪਰ ਦੁੱਖ ਉਦੋਂ ਦਾ ਜਦੋਂ ਸਾਨੂੰ ਹੱਥ ਅੜਨਾ ਪੈਂਦਾ ਹੈ ਸਰਕਾਰ ਅੱਗੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਬੜੇ ਦੁੱਖ ਦੀ ਗੱਲ ਆ ਸੀਐਮ ਸਾਹਿਬ ਬੜੇ ਮਾਨ ਨਾਲ ਕਹਿੰਦੇ ਆ ਅਸੀਂ ਖੇਡ ਲਈ ਇਹਨਾਂ ਕੋਟਾ ਰੱਖ ਦਿੱਤਾ ਅਸੀਂ ਖੇਡਾਂ ਵਾਸਤੇ ਇਹਨਾਂ ਬਦਲਾਅ ਕਰਤਾ ਪਰ ਅੱਜ ਬਦਲਾਅ ਤੁਹਾਨੂੰ ਦਿਖ ਰਿਹਾ ਜਦੋਂ ਅਸੀਂ ਇਹਨਾਂ ਅੱਗੇ ਲੈਟਰ ਭੇਜਿਆ ਮੈਂ ਜਵਾਰਲਾ ਨੈਰੂ ਸਟੇਡੀਅਮ ਦਿੱਲੀ ਵਿਖੇ ਟ੍ਰੇਨਿੰਗ ਕਰ ਰਿਹਾ ਜੀ ਤੇ ਮੈਨੂੰ ਬੜੇ ਦੁੱਖ ਦੀ ਗੱਲ ਹੈ ਕਿ ਮੈਂ ਦੂਜੇ ਪਲੇਅਰਾਂ ਦਾ ਸਮਾਨ ਲੈ ਲੈ ਕੇ ਮੈਨੂੰ ਇਹ ਤਿਆਰੀ ਚ ਵਰਤਣਾ ਪੈਂਦਾ ਉਹਨਾਂ ਦੱਸਿਆ ਕਿ ਇੱਥੇ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੇ ਵਿੱਚ ਤਕਰੀਬਨ ਏਸ਼ੀਆ ਤੇ ਅੰਤਰਰਾਸ਼ਟਰੀ ਰੈਂਕਿੰਗ ਦੇ ਖਿਡਾਰੀ ਨੇ ਮਿਹਨਤਾਂ ਕਰ ਕਰਕੇ ਸਾਰਿਆਂ ਨੇ ਕੌਮੀ ਤੇ ਕਮਾਂਤਰੀ ਪੱਧਰ ਦੇ ਇਨਾਮ ਜਿੱਤੇ ਪਰ ਦੁੱਖ ਹੁੰਦਾ ਜਦੋਂ ਬੇਵੱਸੀ ਦੇ ਵਿੱਚ ਸਰਕਾਰ ਮੂਰੇ ਹੱਥ ਅੱਡਣੇ ਪੈਂਦੇ ਨੇ ਖਿਡਾਰੀਆਂ ਅੰਦਰ ਸਰਕਾਰ ਪ੍ਰਤੀ ਇੰਨਾ ਗੁੱਸਾ ਸੀ ਕਿ ਉਹਨਾਂ ਨੇ ਨਾਲ ਲਿਆਂਦੇ ਹੋਏ ਇਨਾਮ ਤੇ ਮੈਡਲ ਸੜਕ ਤੇ ਖਿਲਾਰ ਦਿੱਤੇ ਤੇ ਉਹਨਾਂ ਨੂੰ ਭੰਨ ਕੇ ਅਗਲੋਂ ਦੀ ਕੋਸ਼ਿਸ਼ ਵੀ ਕੀਤੀ ਪਰ ਪ੍ਰਸ਼ਾਸਨ ਨੇ ਇਹਨਾਂ ਖਿਡਾਰੀਆਂ ਨੂੰ ਅਜਿਹਾ ਨਾ ਕਰਨ ਦਿੱਤਾ ਪੁਲਿਸ ਨੇ ਹਾਲਾਤਾਂ ਨੂੰ ਕਾਬੂ ਕਰਨ ਲਈ ਪ੍ਰਦਰਸ਼ਨਕਾਰੀ ਖਿਡਾਰੀਆਂ ਨੂੰ ਹਿਰਾ ਵਿਲੇਆ ਐਨਐਸਯੂਆਈ ਦੇ ਵੱਲੋਂ ਵੀ ਖਿਡਾਰੀਆਂ ਦਾ ਸਮਰਥਨ ਕੀਤਾ ਗਿਆ ਤੇ ਐਨਐਸਯੂਆਈ ਵਰਕਰਾਂ ਨੂੰ ਵੀ ਇਸ ਮੌਕੇ ਹਿਰਾਸਤ ਵਿੱਚ ਲਿਆ ਗਿਆ ਕਿਉਂਕਿ ਅਸੀਂ ਵੀ ਸਟੂਡੈਂਟ ਹਾਂ ਅਸੀਂ ਦੇਖਦੇ ਹਾਂ ਕਿ ਉਹਨਾਂ ਨੂੰ ਯਾਰ ਕਿਉਂ ਕਰਦੇ ਨੇ ਭਾਈ ਸਾਡੇ ਕਸੂਰ ਕੀ ਯਾਰ ਪਾਸੇ ਟੋ ਯਾਰ ਯਾਰ ਦੇਖੋ ਆਮਲ ਪਾਇਆ ਪੰਜਾਬ ਸਰਕਾਰ ਨੇ ਉਹ ਮੀਠੇਰ ਨੇ ਆਮਲ ਪਾਇਆ ਆ ਬਣ ਕੇ ਨਾ ਸਪੋਰਟਸ ਮਿਨਿਸਟਰ ਆਮਲ ਪਾਇਆ ਉਹ ਦੇਖੋ ਮੇਰੇ ਭਰਾ ਮੂਰੇ ਬੈਠੇ ਨੇ ਮੰਗਾ ਯਾਰ ਇਹਨਾਂ ਨੂੰ ਨੌਕਰੀਆਂ ਦਵਾਓ ਜਿਹੜਾ ਇਹਨਾਂ ਨੂੰ ਜਿਹੜੇ ਪੈਸੇ ਦਿੱਤੇ ਜਾਂਦੇ ਨਹੀਂ ਉਹ ਦਵਾਓ ਕਿਉਂ ਨਹੀਂ ਦਵਾ ਰਹੇ ਆ ਦੇਖੋ ਆ ਦੇਖੋ ਇਹਨਾਂ ਦਾ ਕੋਈ ਮੁੱਲ ਨਹੀਂ ਯਾਰ ਕੋਈ ਮੁੱਲ ਨਹੀਂ ਯਾਰ ਇਹਨਾਂ ਦਾ ਹੱਦ ਹੋ ਗਈ ਮੈਂ ਵਿਦਿਆਰਥੀ ਉਹ ਦੇਖੋ ਇਹਨਾਂ ਨੂੰ ਚੱਕੋ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਹਨਾਂ ਖਿਡਾਰੀਆਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਘੇਰਿਆ ਹੈ ਤੇ ਇਹਨਾਂ ਦੇ ਹੱਕਾਂ ਲਈ ਵੱਡਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ ਉਧਰ ਹਰਿਆਣੇ ਦੀਆਂ ਖਾ ਪੰਚਾਇਤਾਂ ਇੱਕ ਵਾਰ ਫਿਰ ਕਿਸਾਨ ਅੰਦੋਲਨ ਸ਼ੁਰੂ ਕਰਨ ਦੇ ਮੂਡ ਵਿੱਚ ਨੇ ਸਰਕਾਰ ਦੇ ਐਲਾਨ ਤੋਂ ਬਾਅਦ ਵੀ ਐਮਐਸਪੀ ਲਾਗੂ ਨਾ ਕਰਨ ਬਿਜਲੀ ਸੋਧ ਬਿੱਲ ਸਣੇ ਕਿਸਾਨਾਂ ਨੂੰ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਮੰਗ ਨੂੰ ਲੈ ਕੇ ਅੱਧੀ ਦਰਜਨ ਖਾ ਪੰਚਾਇਤਾਂ ਨੇ ਕਰਮਚਾਰੀਆਂ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਰਣਨੀਤੀ ਬਣਾ ਕੇ ADC ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪਿਆ ਤੇ ਅਲਟੀਮੇਟਮ ਦਿੱਤਾ ਕਿ ਖਾ ਪੰਚਾਇਤਾਂ ਕਿਸਾਨਾਂ ਤੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਇੱਕ ਵਾਰੀ ਫੇਰ ਤੋਂ ਵੱਡਾ ਅੰਦੋਲਨ ਛੇੜਨ ਗਿਆ ਤੇ ਇਸ ਵਾਰੀ ਅੰਦੋਲਨ ਆਰ ਪਾਰ ਦਾ ਹੋਵੇਗਾ ਮਈ 2022 ਦੇ ਵਿੱਚ ਪੰਜਾਬ ਚ ਹੋਈ ਨਾਇਬ ਤਹਿਸੀਲਦਾਰ ਭਰਤੀ ਪ੍ਰੀਖਿਆ ਦੇ ਵਿੱਚ ਧੋਖਾਧੜੀ ਕਰਕੇ ਤੀਜਾ ਸਥਾਨ ਹਾਸਲ ਕਰਨ ਵਾਲੇ ਮਲਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਫੜੇ ਗਏ ਮਲਜ਼ਮ ਦੀ ਪਛਾਣ ਬਲਦੀਪ ਸਿੰਘ ਉਰਫਦੀਪ ਵਾਸੀ ਪਿੰਡ ਦੁੱਦੀਨ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ ਘਨੌਰ ਦੇ ਡੀਐਸਪੀ ਰਗਵੀਰ ਸਿੰਘ ਨੇ ਦੱਸਿਆ ਕਿ ਮੁੱਲਜ਼ਮ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਹੈ ਉਸ ਕੋਲੋਂ ਇੱਕ SIM ਕਾਰ ਤੇ ਮੋਬਾਈਲ ਵੀ ਬਰਾਮਦ ਹੋਇਆ ਨਕਲ ਦੇ ਲਈ ਖਰੀਦੀ ਗਈ SIM ਸੰਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਮੁੱਲਜ਼ਮ ਨੇ ਪੁਲਿਸ ਨੇ ਮੁੱਲਜ਼ਮ ਲਾਪ੍ਰੀਤ ਸਿੰਘ ਨੂੰ ਵੀ ਕਾਬੂ ਕੀਤਾ ਸੀ ਜਿਸ ਨੇ ਨਾਬ ਤਹਿਸੀਲਦਾਰ ਦੇ ਪੇਪਰ ਦੇ ਵਿੱਚ 12ਵਾਂ ਰੈਂਕ ਹਾਸਲ ਕੀਤਾ ਸੀ ਇਸ ਤੋਂ ਪਹਿਲਾਂ ਪੁਲਿਸ ਨੇ ਉਮੀਦਵਾਰਾਂ ਨੂੰ ਨਕਲ ਕਰਵਾਉਣ ਵਾਲੀ ਗਰੋਹ ਦੇ ਕੁਝ ਮੈਂਬਰਾਂ ਨੂੰ ਵੀ ਗ੍ਰਿਫਤਾਰ ਕਰ ਚੁੱਕੀ ਹੈ ਇਹ ਗਰੋਹ ਉਮੀਦਵਾਰਾਂ ਨੂੰ ਜੀਐਸਐਮ ਉਪਕਰਣ ਦਿੰਦੇ ਸਨ ਜਿਦੇ ਵਿੱਚ SIM ਕਾਰ ਪਾਏ ਜਾਂਦੇ ਸਨ ਤੇ ਸਹਿਜ ਕਨੈਕਟੀਵ 블루투스 이어버ड्स ਦਿੱਤੇ ਜਾਂਦੇ ਸੀ ਉਮੀਦਵਾਰ ਜੀਐਸਐਮ ਯੰਤਰ ਨੂੰ ਆਮ ਤੌਰ ਤੇ ਜੁੱਤੀਆਂ ਜਾਂ ਜੁਰਾਬਾਂ ਦੇ ਵਿੱਚ ਲੁਕੋ ਕੇ ਲੈ ਜਾਂਦਾ ਸੀ ਜੋ ਕਿ ਪੇਪਰ ਦੌਰਾਨ ਨਕਲ ਕਰਨ ਲਈ ਵਰਤਿਆ ਜਾਂਦਾ ਸੀ ਇਸ ਗਰੁੱਪ ਦੇ ਕੋਲੋਂ 11 ਜੀਐਸਐਮ ਡਿਵਾਈਸਸ 7 ਮਿਨੀ 블루투스 이어ਬੱਡ 12 ਮੋਬਾਈਲ 1 ਲੈਪਟਾਪ 2 ਪੈਨ ਡਰਾਈਵਰ ਬਰਾਮਦ ਕੀਤੀਆਂ ਗਈਆਂ ਨੇ ਇਹਨਾਂ ਗ੍ਰਿਫਤਾਰੀਆਂ ਤੋਂ ਬਾਅਦ ਸੁਪਾਲ ਸਿੰਘ ਖਹਿਰਾ ਕਾਂਗਰਸ ਦੇ ਐਮਐਲਏ ਨੇ ਮੁਰ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਘੁਟਾਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਖਹਿਰਾ ਪਿਛਲੇ ਸਮੇਂ ਤੋਂ ਆਪਣੇ ਵੱਲੋਂ ਲਗਾਤਾਰ ਨੈਪ ਤਹਿਸੀਲਦਾਰ ਦੇ ਪੇਪਰ 'ਚੋਂ ਇਸ ਸਕੈਮ ਦਾ ਦਾਵਾ ਕਰਦੇ ਆ ਪੇਪਰ ਰੱਦ ਕਰਕੇ ਦੁਬਾਰਾ ਲੈਣ ਦੀ ਅਤੇ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਨੇ ਖੇਰਵਾਲੋਂ ਟਵੀਟ ਦੇ ਨਾਲ ਲਿਸਟ ਵੀ ਨੱਥੀ ਕੀਤੀ ਗਈ ਹੈ ਜਿਸ ਵਿੱਚ ਵਰਿੰਦਰਪਾਲ ਚੌਧਰੀ ਦੇ ਨਾਮ ਨੂੰ ਹਾਈਲਾਈਟ ਕੀਤਾ ਗਿਆ ਹੈ ਛੋਟੇ ਸਾਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੇ ਆਧਾਰਿਤ ਐਨੀਮੇਟਿਡ ਫਿਲਮ ਦਾਸਤਾਨ ਏ ਸਰਹਿੰਦ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਸੰਗਰੂਰ ਦੇ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਵੀ ਇਸ ਫਿਲਮ ਨੂੰ ਬੈਨ ਕਰਨ ਦੇ ਲਈ ਰੋਸ ਮੁਜ਼ਾਹਰਾ ਕੀਤਾ ਗਿਆ ਹੈ ਫਿਲਮ 2 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪਰ ਸਿੱਖ ਜਥੇਬੰਦੀਆਂ ਇਸ ਫਿਲਮ ਦਾ ਲਗਾਤਾਰ ਵਿਰੋਧ ਕਰ ਰਹੀਆਂ ਨੇ ਜਥੇਬੰਦੀ ਦੇ ਲੀਡਰਾਂ ਮੁਤਾਬਕ ਸਿੱਖਾਂ ਨੂੰ ਸ਼ਬਦ ਨਾਲੋਂ ਤੋੜ ਕੇ ਫਿਲਮਾਂ ਰਾਹੀਂ ਤਕਨੀਕੀ ਬੁੱਤ ਘੜੇ ਰਾਜ ਜਾ ਰਹੇ ਨੇ ਸਾਨੂੰ ਕਹਿੰਦੇ ਸਿੱਖੀ ਦਾ ਸਹੀ ਪ੍ਰਚਾਰ ਚਾਹੀਦਾ ਹੈ ਕੂੜ ਪ੍ਰਚਾਰ ਨਹੀਂ ਚਾਹੀਦਾ ਹਰ ਦੋਕ ਦੋਕ ਸਾਲਾਂ ਬਾਅਦ ਆ ਜਾਈਆਂ ਫਿਲਮਾਂ ਬਣਾ ਕੇ ਸਾਡੇ ਸਾਹਮਣੇ ਰੱਖ ਦਿੱਤੀਆਂ ਜਾਂਦੀਆਂ ਨੇ ਜਦ ਕਿ ਗੁਰੂ ਸਾਹਿਬਾਨ ਨੇ ਸ਼ਬਦ ਗੁਰੂ ਦੇ ਵਿੱਚ ਸਿੱਖ ਦੀ ਸੁਰਤ ਟਿਕਾਈ ਸੀ ਸਿੱਖ ਜਥੇਬੰਦੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਜੈਗਿਆ ਫਿਲਮਾਂ ਬਣਾਉਣ ਵਾਲਿਆਂ ਦੇ ਖਿਲਾਫ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ ਕਿ ਇਹਨਾਂ ਨੂੰ ਬਿਲਕੁਲ ਬੰਦ ਕਰਕੇ ਇਹਨਾਂ ਨਾਲ ਕੋਈ ਪ੍ਰਚਾਰ ਸਿੱਖੀ ਦਾ ਕੱਖ ਨਹੀਂ ਹੁੰਦਾ ਇਹਦੇ ਨਾਲ ਅਸੀਂ ਬਰਬਾਦੀ ਵਾਲੀ ਜਾ ਰਹੇ ਹਾਂ ਔਰ ਸ਼ਬਦਾਂੋਂ ਟੁੱਟ ਕੇ ਬਰਬਾਦੀ ਬਰਬਾਦ ਹੋ ਜਾਵਾਂਗੇ ਅਸੀਂ ਐਸਜੀਪੀਸ ਤੋਂ ਇਹ ਮੰਗ ਕਰਦੇ ਹਾਂ ਵੀ ਉਹ ਬਹੁਤ ਹੀ ਸਿਹਰਦ ਹੋ ਕੇ ਜਿਸ ਕਾਰਜ ਲਈ ਸੰਗਤਾਂ ਨੇ ਉਹਨਾਂ ਨੂੰ ਸੇਵਾ ਸੰਭਾਲ ਬਖਸ਼ਿਸ਼ ਕੀਤੀ ਹੈ ਸੋ ਉਹ ਪੂਰੇ ਦ੍ਰਿੜ ਇਰਾਦੇ ਨਾਲ ਔਰ ਗੰਭੀਰਤਾ ਨਾਲ ਉਹਨੂੰ ਵਿਚਾਰ ਕਰਕੇ ਜਿਸ ਆਸੇ ਅਨੁਸਾਰ ਸੇਵਾ ਦੀ ਦਾਤ ਮਿਲੀ ਆ ਉਹਨੂੰ ਸੰਭਾਲਣ ਤੇ ਸ੍ਰੀ ਕਲਤਾ ਸਾਹਿਬ ਦਾ ਜਥੇਦਾਰ ਨੂੰ ਅਸੀਂ ਇਹ ਬੇਨਤੀ ਕਰਦੇ ਆ ਕਿ ਜਿਹੜੀਆਂ ਅਜਹੀਆਂ ਫਿਲਮਾਂ ਗੁਰੂ ਦੇ ਸ਼ਬਦ ਨਾਲੋਂ ਤੋੜਦੀਆਂ ਨੇ ਗੁਰੂ ਇਤਿਹਾਸ ਨਾਲੋਂ ਤੋੜਦੀਆਂ ਨੇ ਗੁਰੂ ਕਾਲ ਨਾਲੋਂ ਤੋੜਦੀਆਂ ਨੇ ਸੋ ਇਹਨਾਂ ਤੇ ਸਖਤ ਤੇ ਸਖਤ ਐਕਸ਼ਨ ਲੈ ਕੇ ਸੰਗਤ ਦੀ ਮੰਗ ਮੰਨਦੇ ਹੋਏ ਅਪੀਲ ਮੰਨਦੇ ਹੋਏ ਸੇਤਜੋਤੀ ਐਕਸ਼ਨ ਲੈ ਕੇ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਫਿਲਮ ਨੂੰ ਇਜਾਜ਼ਤ ਦੇਣ ਵਾਲੀ ਗੱਲ ਤੋਂ ਕਿਨਾਰਾ ਕਰ ਲਿਆ ਜੀਬੀਸੀ ਦਾ ਕਹਿਣਾ ਹੈ ਕਿ ਇਸ ਫਿਲਮ ਦੇ ਲਈ ਐਸਜੀਪੀਸੀ ਨੇ ਕੋਈ ਵੀ ਆਗਿਆ ਨਹੀਂ ਦਿੱਤੀ ਹੈ ਹਾਲਾਂਕਿ ਫਿਲਮ ਦੇ ਵਿੱਚ ਕੰਮ ਕਰਨ ਵਾਲੇ ਅਦਾਕਾਰ ਗੁਰਪ੍ਰੀਤ ਸਿੰਘ ਖੁੱਗ ਨੇ ਦਾਵਾ ਕੀਤਾ ਸੀ ਕਿ ਇਸ ਫਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਸਭ ਦੀ ਆਗਿਆ ਲਈ ਗਈ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਲੀਡਰ ਅਮਰਿਤਪਾਲ ਸਿੰਘ ਨੇ ਵੀ ਇਸ ਫਿਲਮ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਖਾਲਸਾ ਹੀਦੇ ਦਰਮਿਆਨ ਅਮਰਿਤਪਾਲ ਸਿੰਘ ਨੇ ਸਾਰੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਖਾਸ ਕਰਕੇ ਸਿੱਖ ਭਾਈਚਾਰਾ ਇਸ ਫਿਲਮ ਦੀ ਰਿਲੀਜ਼ ਦਾ ਸਖਤ ਵਿਰੋਧ ਕਰੇ ਅਪਰੂਵਲ ਬਕਾਇਦਾ ਸ਼੍ਰੋਮਣੀ ਕਮੇਟੀ ਤੋਂ ਜਾਂ ਫਿਰ ਅਕਾਲ ਤਖਤ ਸਾਹਿਬ ਤੋਂ ਜੋ ਹੁਕਮਨਾਮਾ ਜਾਰੀ ਹੋਇਆ ਸੀ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਇਹ ਸਾਰਾ ਹਾਂ ਬਿਲਕੁਲ ਜੀ ਅਸੀਂ ਪ੍ਰੋਡਿਊਸਰਸ ਨਾਲ ਡਾਇਰੈਕਟਰ ਨਾਲ ਰਾਈਟਰ ਨਾਲ ਟਾਈਮ ਟੂ ਟਾਈਮ ਇਹ ਗੱਲ ਚੈੱਕ ਕਰਦੇ ਰਹਿੰਦੇ ਸੀ ਕਿ ਇਹ ਚੀਜ਼ਾਂ ਅਸੀਂ ਚੈੱਕ ਕਰਾ ਲਈਆਂ ਨੇ ਫਾਈਨਲ ਚੈੱਕ ਉਥੋਂ ਮਿਲ ਗਿਆ ਔਰ ਫਿਰ ਇਨਸਟਰਕਸ਼ਨਸ ਦੇ ਮੁਤਾਬਕ ਹੀ ਕੰਮ ਚੱਲਦਾ ਰਿਹਾ ਔਰ ਇੱਕ ਟੀਮ ਸੀ ਨਾਲ ਜਿਹਦੇ ਵਿੱਚ ਗਿੱਲ ਸਾਹਿਬ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਮੈਨੇਜਰ ਸਾਹਿਬ ਨਾਲ ਕਰਦੇ ਰਹੇ ਨੇ ਸੁਪਰਵੀਜ਼ਨ ਉਹਨਾਂ ਦੀ ਸੁਪਰਵੀਜ਼ਨ ਚ ਸਾਰਾ ਕੰਮ ਹੋਇਆ ਜੀ ਔਰ ਉਹੀ ਉਹਦਾ ਨਤੀਜਾ ਇਹ ਹੈ ਵਰਨਾ ਇਸ ਫਿਲਮ ਦਾ ਤੁਹਾਨੂੰ ਸੈਂਸਰੀ ਨਹੀਂ ਮਿਲ ਸਕਦਾ ਜਦ ਤੱਕ ਤੁਹਾਨੂੰ SGPC ਤੋਂ ਅਪਰੂਵਲ ਨਹੀਂ ਮਿਲ ਜਾਂਦੀ ਇਹਦਾ ਸੈਂਸਰ ਵੀ ਨਹੀਂ ਮਿਲ ਸਕਦਾ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਦਿਖਾਉਣ ਤੋਂ ਬਾਅਦ ਹੀ ਫਿਰ ਅਪਰੂਵਲ ਮਿਲੀ ਪਟਿਆਲਾ ਪੁਲਿਸ ਦੇ ਸੀਆਈਏ ਸਟਾਫ ਦੇ ਇੰਚਾਰਜ ਸ਼ਮਿੰਦਰ ਸਿੰਘ ਤੇ ਉਹਨਾਂ ਦੀ ਟੀਮ ਨੇ ਵੱਖ-ਵੱਖ ਕਾਰਵਾਈਆਂ ਦੇ ਵਿੱਚ 4 ਜਣਿਆਂ ਨੂੰ 6 ਪਿਸਤੌਲਾਂ ਸਮੇਤ ਕਾਬੂ ਕੀਤਾ ਹੈ ਫੜੇ ਗਏ ਦੋ ਮੁਲਜ਼ਮਾਂ ਦੀ ਪਛਾਣ ਰਵਿੰਦਰ ਵਿੰਦਾ ਗੁੱਜਰਵਾਸੀ ਚਪਰਾੜ ਅਤੇ ਗੁਰਵਿੰਦਰ ਸਿੰਘ ਗੁੰਦਰਵਾਸੀ ਪਸਿਆਣਾ ਵਜੋਂ ਹੋਈ ਹੈ ਇਸੇ ਤਰ੍ਹਾਂ ਸੀਏ ਦੀ ਇੱਕ ਟੀਮ ਦੇ ਵੱਲੋਂ ਵੱਖਰੀ ਕਾਰਵਾਈ ਦੇ ਵਿੱਚ ਜਮਸ਼ੀਦ ਅਲੀ ਤੇ ਾਰਮਾਨ ਅਲੀ ਨੂੰ 2 ਪਿਸਤੌਲਾਂ ਸਮੇਤ ਕਾਬੂ ਕੀਤਾ ਗਿਆ ਰੂਪਨਗਰ ਪੁਲਿਸ ਨੇ ਲਾਰੈਂਸ ਬਿਸ਼ਨੋਈ ਗ ਹਾਸਲ ਕੀਤੀ ਹੈ ਜਦਕਿ ਇਹਨਾਂ ਦਾ ਇੱਕ ਸਾਥੀ ਫਰਾਰ ਹੋਣ ਦੇ ਵਿੱਚ ਸਫਲ ਹੋ ਗਿਆ ਐਸਐਸਪੀ ਰੂਪਨਗਰ ਵਿਵੇਕਸ਼ੀਲ ਸੋਨਨੀ ਨੇ ਦੱਸਿਆ ਕਿ 26 ਨਵੰਬਰ ਨੂੰ ਐਸਪੀ ਡਿਟੈਕਟਿਵ ਮਨਿੰਦਰ ਵੀਰ ਸਿੰਘ ਤੇ ਡੀਐਸਪੀ ਡਿਟੈਕਟਿਵ ਰੂਪਨਗਰ ਦੇ ਕੁਲਵਿੰਦ ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸੀਆਈਏ ਰੂਪਨਗਰ ਦੇ ਇੰਚਾਰਜ ਇਨਸਪੈਕਟਰਸ ਨਾਮਸ ਇਨ ਦੀ ਟੀਮ ਦੇ ਵੱਲੋਂ ਕੁਲਦੀਪ ਸਿੰਘ ਕੈਰੀ ਕੁਲਵਿੰਦਰ ਸਿੰਘ ਟਿੰਕਾ ਸਤਵੀਰ ਸਿੰਘ ਸ਼ਮੀ ਅਤੇ ਬਿਆਨ ਸਿੰਘ ਨੂੰ ਤਿੰਨ ਪਿਸਤੋਲਾਂ ਬਾਈ ਕਾਰਤੂਸਾਂ ਇੱਕ ਕਿਰਪਾਨ ਤੇ 12 ਲੋਹੇ ਦੀਆਂ ਰਾਡਾਂ ਸਮੇਤ ਕਾਬੂ ਕੀਤਾ ਗਿਆ ਇਹ ਮੁੱਲਜ਼ਮ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਗੋਲਸਵੰਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਵੱਡੇ ਹਾਦਸਿਆਂ ਤੇ ਘਟਨਾਵਾਂ ਦੇ ਨਾਲ ਜੁੜੀਆਂ ਕੁਝ ਖਬਰਾਂ ਤੁਹਾਨੂੰ ਦੱਸ ਦਿੰਨੇ ਹਾਂ ਸਭ ਤੋਂ ਪਹਿਲੀ ਖਬਰ ਦਿੱਲੀ ਤੋਂ ਆ ਰਹੀ ਹੈ ਜਿੱਥੇ 6 ਮਹੀਨੇ ਪਹਿਲਾਂ ਵਾਪਰੇ ਸ਼ਰਦਾ ਆਫਤਾਬ ਭਿਆਨਕ ਕਤਲकांड ਦੇ ਵਰਗਾ ਇੱਕ ਹੋਰ ਕਾਂਡ ਵਾਪਰਿਆ ਹੈ ਪੂਰਬੀ ਦਿੱਲੀ ਦੇ ਪਾਂਡਵ ਨਗਰ ਦੇ ਵਿੱਚ ਪਤੀ ਦਾ ਕਤਲ ਕਰਨ ਅਤੇ Laash ਦੇ 22 ਟੁਕੜੇ ਕਰਨ ਦੇ ਦੋਸ਼ 'ਇੱਕ ਔਰਤ ਨੂੰ ਉਸਦੇ ਪੁੱਤਰ ਸਣੇ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਨਮ ਤੇ ਦੀਪਕ ਨੇ ਅੰਜਨ ਦਾਸ ਦੀ Laash ਦੇ ਟੁਕੜਿਆਂ ਨੂੰ ਫਰਿੱਜ ਵਿੱਚ ਰੱਖਿਆ ਫੇਰ ਇਹਨਾਂ ਟੁਕੜਿਆਂ ਨੂੰ ਪੂਰਬੀ ਦਿੱਲੀ ਦੇ ਵਿੱਚ ਵੱਖ-ਵੱਖ ਥਾਵਾਂ ਤੇ ਟਿਕਾਣੇ ਲਾ ਦਿੱਤਾ। ਪੂਨਮ ਨੇ ਪੁਲਿਸ ਨੂੰ ਦੱਸਿਆ ਕਿ ਦਾਸ ਦੇ ਕਿਸੇ ਔਰਤ ਨਾਲ ਨਜਾਇਜ਼ ਸੰਬੰਧ ਸਨ ਜੋ ਉਸਤੇ ਕਤਲ ਦਾ ਕਾਰਨ ਬਣੇ ਅਤੇ ਮਾਂ ਤੇ ਪੁੱਤ ਨੇ ਦੋਵਾਂ ਨੇ ਮਿਲ ਕੇ ਪਤੀ ਅਤੇ ਉਹ ਦਾ ਕਤਲ ਕੀਤਾ ਫਿਰ লাশ ਨੂੰ ਟਿਕਾਣੇ ਲਾਉਣ ਦੇ ਲਈ ਉਹੀ ਤਰੀਕਾ ਅਪਣਾਇਆ ਜੋ 6 ਮਹੀਨੇ ਪਹਿਲਾਂ ਸ਼ਰਦਾ ਨੂੰ ਕਤਲ ਕਰਕੇ ਆਫਤਾਬ ਨੇ ਅਪਣਾਇਆ ਸੀ ਜੰਮੂ ਕਸ਼ਮੀਰ ਕੌਮੀ ਮਾਰਗ ਤੇ ਇੱਕ ਕਾਰ ਦੇ ਸੜਕ ਤੋਂ ਫਿਸਲ ਕੇ 70 ਫੁੱਟ ਡੂੰਗੀ ਖਾੜ ਵਿੱਚ ਡਿੱਗਣ ਕਾਰਨ ਇੱਕ ਮਸਜਿਦ ਦੇ ਇਮਾਮ ਤੇ ਉਸਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਸੋਮਵਾਰ ਤੜਕੇ ਕਰੀਬ 8:30 ਵਜੇ ਉਦਮਪੁਰ ਜ਼ਿਲ੍ਹੇ ਦੇ ਚੈਨਾਨੀ ਇਲਾਕੇ ਦੇ ਵਿੱਚ ਪ੍ਰੇਮ ਮੰਦਰ ਨੇੜੇ ਵਾਪਰਿਆ ਜਦੋਂ ਪਰਿਵਾਰ ਜੰਮੂ ਤੋਂ ਰਾਮਵੰਦ ਜ਼ਿਲ੍ਹੇ ਦੇ ਇੱਕ ਪਿੰਡ ਵੱਲ ਜਾ ਰਿਹਾ ਸੀ ਮ੍ਰਿਤਕ ਦੀ ਪਛਾਣ ਜਾਮੀਆਂ ਮਸਜਿਦ ਸੰਗਲਦਾਨ ਦੇ ਇਮਾਮ ਮੁਫਤੀ ਅਬਦੁਲ ਹਾਮਿਦ ਵਜੂਹੀ ਹੈ ਜਿਸ ਦੀ ਉਮਰ ਮਹਿਸ 32 ਸਾਲ ਦੀ ਸੀ ਅਮਰੀਕਾ ਦੇ ਮੈਰੀਲੈਂਡ ਕਾਉਂਟੀ ਦੇ ਵਿੱਚ ਇੱਕ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋਣ ਤੋਂ ਬਾਅਦ ਬਿਜਲੀ ਦੀਆਂ ਤਾਰਾਂ ਦੇ ਵਿੱਚ ਫਸ ਗਿਆ ਹਾਲਾਂਕਿ ਹਾਦਸੇ ਵਿੱਚ ਜਹਾਜ਼ ਚ ਸਵਾਰ ਦੋ ਯਾਤਰੀਆਂ ਨੂੰ ਕੋਈ ਸੱਟ ਨਹੀਂ ਲੱਗੀ ਅਧਿਕਾਰੀਆਂ ਨੇ ਜਹਾਜ਼ ਨੂੰ ਤਾਰਾਂ ਤੋਂ ਕੱਢਣ ਦੌਰਾਨ ਆਸ-ਪਾਸ ਦੇ ਇਲਾਕਿਆਂ ਦੀ ਬਿਜਲੀ ਦੀ ਸਪਲਾਈ ਵੀ ਕੱਟ ਦਿੱਤੀ ਸੰਗੀ ਹਵਾਈ ਆਵਾਜ਼ੀ ਪ੍ਰਸ਼ਾਸਨ ਨੇ ਖੁਦ ਬਿਆਨ ਜਾਰੀ ਕਰਕੇ ਦੱਸਿਆ ਕਿ ਵਾਈਟ ਪਲੇਨਸ ਐਨਵਾਈ ਤੋਂ ਰਵਾਨਾ ਹੋਇਆ ਇੱਕ ਇੰਜਣ ਵਾਲਾ ਜਹਾਜ਼ ਐਤਵਾਰ ਸ਼ਾਮ ਨੂੰ ਕਰੀਬ 5:40 ਮਿੰਟ ਤੇ ਗੈਥਰਸਬਰਗ ਦੇ ਵਿੱਚ ਮੌਂਟ ਕੋਮਰੀ ਕਾਉਂਟੀ 에ਅਰਪਾਰਕ ਦੇ ਕੋਲ ਹਾਦਸਾ ਗ੍ਰਸਤ ਹੋ ਕੇ ਬਿ ਦੇ ਵਿੱਚ ਫਸ ਗਿਆ ਸੀ ਜਹਾਜ਼ ਵਿੱਚ ਦੋ ਲੋਕ ਸਵਾਰ ਸਨ ਸੁਰਖਿਅਤ ਨੇ ਸ਼ਰਦਾ ਕਤਲकांड ਦੇ ਨਾਲ ਜੁੜੀ ਜਾਣਕਾਰੀ ਹੈ ਆਪਣੀ ਲਿਵਨ ਪਾਰਟਨਰ ਸ਼ਰਦਾ ਵਾਲਕਰ ਦੀ ਹਤਿਆ ਕਰਨ ਦੇ ਕਥਿਤ ਦੋਸ਼ੀ ਆਫਤਾਬ ਅਮੀਨ ਪੁਨਾਵਾਲਾ ਦਾ ਬਾਕੀ ਰਹਿੰਦਾ ਪੋਲੀਗ੍ਰਾਫਿਕ ਟੈਸਟ ਰੋहिणी ਦੇ ਵਿੱਚ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਵਿੱਚ ਹੋ ਚੁੱਕਿਆ ਹੈ ਅਧਿਕਾਰੀਆਂ ਮੁਤਾਬਕ ਪੁਨਾਵਾਲਾ ਸਵੇਰੇ 9:50 ਮਿੰਟ ਤੇ ਐਸਐਫਐਲ ਪਹੁੰਚਿਆ ਤੇ ਟੈਸਟ ਸੈਸ਼ਨ ਸਵੇਰੇ ਕਰੀਬ 11 ਵਜੇ ਸ਼ੁਰੂ ਹੋਇਆ ਦਰاصل پچھلے سیشن ویلے صحت نال ਸੰਬੰਧਿਤ ਕੋਈ ਦਿੱਕਤ ਆ ਗਈ ਸੀ ਜਿਸ ਕਰਕੇ ਸੈਸ਼ਨ ਤਸੱਲੀ ਬਖਸ਼ ਨਹੀਂ ਹੋਇਆ ਆਮ ਲੋਕਾਂ ਮੁਤਾਬਕ ਕਿਨੌਣੇ ਕਤਲਕਾਂ ਨੂੰ ਅੰਜਾਮ ਦੇਣ ਕਰਕੇ ਆਫਤਾਬ ਨੂੰ ਇੱਕ ਮਿਸਾਲੀ ਸਜ਼ਾ ਸਖਤ ਸਜ਼ਾ ਦੇਣੀ ਚਾਹੀਦੀ ਹੈ ਅਮਰੀਕਾ ਤੋਂ ਇੱਕ ਹੋਰ ਵੱਡੇ ਹਾਦਸੇ ਦੀ ਖਬਰ ਮਿਲ ਰਹੀ ਹੈ ਅਮਰੀਕਾ ਦੇ ਮਿਸੂਰੀ ਸੂਬੇ ਦੇ ਵਿੱਚ ਓਜ਼ਾਰਕ ਸਚੀਲ ਦੇ ਵਿੱਚ ਤੇਲੰਗਾਨਾ ਨਾਲ ਸਬੰਧਿਤ ਦੋ ਭਾਰਤੀ ਵਿਦਿਆਰਥੀ ਡੁੱਬ ਗਏ ਪੁਲਿਸ ਮੁਤਾਬਕ ਪੀੜਤਾਂ ਦੀ ਪਛਾਣ 24 ਸਾਲਾ ਉਤੇਜ ਕੁੰਟਾ ਅਤੇ 25 ਸਾਲਾ ਸ਼ਿਵਾ ਕੈਲੈਗਰੀ ਵਜੋਂ ਹੋਈ ਹੈ ਹਾਦਸਾ ਸ਼ਨੀਚਰਵਾਰ ਨੂੰ ਵਾਪਰਿਆ ਸੀ ਪੀੜਤ ਵਿਦਿਆਰਥੀਆਂ ਦੇ ਨਾਮ ਤੋਂ ਛੁੱਟ ਉਹਨਾਂ ਬਾਰੇ ਕੋਈ ਬਹੁਤੀ ਜਾਣਕਾਰੀ ਹਾਲੇ ਤੱਕ ਨਹੀਂ ਮਿਲ ਸਕੀ ਪਰ ਖਬਰ ਬਹੁਤ ਹੀ ਉਦਾਸ ਕਰਨ ਵਾਲੀ ਹੈ ਕਿ ਛੀਲ ਦੇ ਵਿੱਚ ਡੁੱਬ ਕੇ ਦੋ ਭਾਰਤੀ ਵਿਦਿਆਰਥੀ ਮਾਰੇ ਗਏ ਨੇ ਬੁਲੇਟਿਨ ਦੇ ਵਿੱਚ ਭਾਰਤ ਅਤੇ ਦੁਨੀਆ ਭਰ ਦੀਆਂ ਕੁਝ ਵੱਡੀਆਂ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ ਸਭ ਤੋਂ ਪਹਿਲਾਂ ਖੇਡਾਂ ਦੀ ਗੱਲ ਕਰਾਂਗੇ ਭਾਰਤੀ ਮੁੱਕੇਬਾਜ਼ ਉਰਵਿਸ਼ ਸਿੰਘ ਨੇ ਕੋਲੰਬੋ ਦੇ ਵਿੱਚ 10 ਗੇਟ ਦੇ ਮੁਕਾਬਲੇ ਵਿੱਚ థਾਈਲੈਂਡ ਦੀ ਕੌਮੀ ਚੈਂਪੀਅਨ ਥਾਨ ਚਾਨੋਕ ਫਾਨਨ ਨੂੰ ਹਰਾ ਕੇ ਡਬਲਯੂਪੀਸੀ ਕਮਾਂਤਰੀ ਸੁਪਰ ਬੈਥਮੇਟ ਅਤੇ ਡਬਲਯੂਬੀਸੀ ਏਸ਼ੀਆ ਸਿਲਵਰ ਕਰਾਊਨ ਦੀ ਕਿਤਾਬ ਆਪਣੇ ਨਾਮ ਕਰ ਲਏ ਨੇ ਉਰਵਿਸ਼ ਨੇ ਐਤਵਾਰ ਰਾਤ ਨੂੰ ਹੋਏ ਮੁਕਾਬਲੇ ਦੇ ਵਿੱਚ ਥਾਨ ਚਾਨੋਕ ਨੂੰ ਸਰਬਸੰਮਤੀ ਵਾਲੇ ਫੈਸਲੇ ਨਾਲ ਹਰਾਇਆ ਭਾਰਤੀ ਕ੍ਰਿਕਟਰ ਰਿੱਤੂ ਰਾਜ ਗਾਇਕਵਾਲ ਨੇ ਇੱਕ ਓਵਰ ਦੇ ਵਿੱਚ 7 ਛੱਕੇ ਮਾਰ ਕੇ ਵਿਸ਼ਵ ਰਿਕਾਰਡ ਬਣਾ ਦਿੱਤਾ। ਸਾਂਭ ਨੂੰ ਮਹਾਰਾਸ਼ਟਰ ਦੇ ਉੱਤਰ ਪ੍ਰਦੇਸ਼ ਦੇ ਵਿੱਚ ਖੇਡੇ ਗਏ ਵਿਜੇ ਹਜ਼ਾਰੇ ਟਰੋਫੀ ਦੇ ਕਾਟਰ ਫਾਈਨਲ ਮੈਚ ਦੇ ਵਿੱਚ ਰਿੱਤੂ ਰਾਜ ਨੇ ਮੈਚ ਦੇ 49ਵੇਂ ਓਵਰ ਦੇ ਵਿੱਚ 7 ਛੱਕੇ ਜੜ ਦਿੱਤੇ। ਇੱਕ ਗੇਂਦ ਨੋ ਬਾਲ ਸੀ ਇਸ ਤਰ੍ਹਾਂ ਉਸਨੇ ਇਸ ਓਵਰ ਦੇ ਵਿੱਚ ਕੁੱਲ 43 ਦੇ ਦੌੜਾ ਬਣਾਈਆਂ। ਐਨਾ ਹੀ ਨਹੀਂ ਰਿੱਤੂ ਰਾਜ ਨੇ ਇਸ ਮੈਚ ਦੇ ਵਿੱਚ ਸ਼ਾਨਦਾਰ ਦੂਰਾ ਸਿੰਘ ਕੜਾ ਵੀ ਜੜਿਆ। ਸੁਪਰੀਮ ਕੋਰਟ ਨੇ ਕਾਲੇਜੀਅਮ ਦੀ ਸਿਫਾਰਿਸ਼ ਦੇ ਬਾਵਜੂਦ ਹਾਈ ਕੋਰਟ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਨਿਯੁਕਤੀ ਨਾ ਕਰਨ ਦੇ ਲਈ ਕੇਂਦਰ ਸਰਕਾਰ ਨੂੰ ਫਟਕਾਰ ਲਾਈ ਹੈ ਸੋਮਵਾਰ ਨੂੰ ਇਸ ਮੁੱਦੇ ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਸਰਕਾਰ ਰਾਸ਼ਟਰੀ ਨਿਆਇਕ ਨਿਯੁਕਤੀ ਕਮਿਸ਼ਨ ਨੂੰ ਰੱਦ ਕਰਨ ਤੋਂ ਨਾਖੁਸ਼ ਹੈ ਜੇ ਕੇਂਦਰ ਸਰਕਾਰ ਜੱਜਾਂ ਦੀ ਨਿਯੁਕਤੀ ਤੇ ਬੈਠੀ ਹੈ ਤਾਂ ਸਿਸਟਮ ਕਿਵੇਂ ਚੱਲੇਗਾ ਸਾਨੂੰ ਨਿਆਇਕ ਪੱਖ ਤੇ ਫੈਸਲਾ ਕਰਨ ਲਈ ਮਜਬੂਰ ਨਾ ਕਰੋ ਅਦਾਲਤ ਨੇ ਏਜੀਟੀ ਐਸਸੀ ਨੂੰ ਕਿਹਾ ਕਿ ਉਹ ਸਰਕਾਰ ਨੂੰ ਜ਼ਮੀਨ ਦੇ ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣ ਦੀ ਸਲਾਹ ਦੇਣ ਇਸ ਮਾਮਲੇ ਦੀ ਅਗਲੀ ਸੁਣਵਾਈ 8 ਦਸੰਬਰ ਨੂੰ ਹੋਵੇਗੀ ਕਾਂਗਰਸ ਦੇ ਭਾਰਤ ਜੋੜੋ ਯਾਤਰਾ ਦੌਰਾਨ ਪਾਕ ਤਾਂ ਦੇ ਸਮਰਥਨ ਵਿੱਚ ਨਾਰੇ ਲਾਉਣ ਦਾ ਵਿਵਾਦ ਪੜ ਗਿਆ ਹੋਇਆ ਇਹ ਵਿਵਾਦ ਇੰਨਾ ਵੱਧ ਗਿਆ ਕਿ ਕਾਂਗਰਸ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਤੇ ਹੁਣ ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਪਿਊਸ਼ ਬਾਬੇਲੀ ਅਤੇ ਆਈਟੀ ਮੁਖੀ ਅਭੇਤ तिवारी ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਦਰਅਸਲ ਭਾਜਪਾ ਲੀਡਰ ਨੇ ਭਾਰਤ ਜੋੜੋ ਯਾਤਰਾ ਦੌਰਾਨ ਪਾਕਿਸਤਾਨ ਜਿੰਦਾਬਾਦ ਵਰਗੇ ਦੇਸ਼ ਧਰੋਹ ਦੇ ਨਾਰੇ ਲਗਾਉਣ ਦੀ ਲਈ ਨਾਰੇ ਲਗਾਉਣ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਤੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਹਾਲਾਂਕਿ ਇਹ ਸੀ ਦਾਵਾ ਨਹੀਂ ਕਰਦੇ ਕਿ ਨਾਰੇ ਭਾਰਤ ਜੋੜੋ ਯਾਤਰਾ ਦੌਰਾਨ ਲਾਏ ਗਏ ਨੇ। ਵਨੂ ਪੁਪਾਲ ਦੇ ਐਮਪੀ ਨਗਰ ਸਥਿਤ ਕ੍ਰਾਈਮ ব্রাঞ্চ ਦੇ ਵਿੱਚ ਇਸ ਸੰਬੰਧੀ ਸ਼ਿਕਾਇਤ ਕੀਤੀ ਗਈ ਸੀ ਫੁੱਟਬਾਲ ਵਿਸ਼ਵ ਕੱਪ ਦੇ ਵਿੱਚ ਐਥਵਾ ਨੂੰ ਬੈਲਜੀਅਮ ਤੇ ਮੁਰਾਕਕੋ ਦੀ 2-0 ਨਾਲ ਹੋਈ ਜਿੱਤ ਤੋਂ ਬਾਅਦ ਬੈਲਜੀਅਮ ਤੇ ਨੀਦਰਲੈਂਡਸ ਦੇ ਕਈ ਸ਼ਹਿਰਾਂ ਦੇ ਵਿੱਚ ਦੰਗੇ ਭੜਕ ਗਏ ਬ੍ਰਸਲਸ ਦੇ ਵਿੱਚ ਭੀੜ ਨੂੰ ਖਦੇੜਨ ਦੇ ਲਈ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਤੇ ਅਥਰੂ ਗੈਸ ਦੇ ਗੋਲੇ ਵੀ ਦਾਗੇ ਪੁਲਿਸ ਨੇ ਬ੍ਰਸਲਸ ਦੇ ਵਿੱਚ ਕਰੀਬ 1 ਦਰਜਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਜਦਕਿ ਉੱਤਰੀ ਸ਼ਹਿਰ ਐਂਟਵਰਪ ਦੇ ਵਿੱਚ ਵੀ 8 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਕਈ ਦੰਗਾਕਾਰੀਆਂ ਨੇ ਕਾਰਾਂ ਈ ਸਕੂਟਰਾਂ ਦੇ ਵਿੱਚ ਅੱਗ ਲ ਕੀਤਾ ਕਟਨਾ ਦੇ ਵਿੱਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਗੁਆਂਡੀ ਮੁਲਕ ਨੀਦਰਲੈਂਡਸ ਵਿੱਚ ਪੁਲਿਸ ਨੇ ਕਿਹਾ ਕਿ ਰਾਟਰਡਮ ਦੇ ਵਿੱਚ ਵੀ ਹਿੰਸਾ ਭੜਕ ਗਈ ਤੇ ਦੰਗਾ ਵਿਰੋਧੀ ਅਧਿਕਾਰੀਆਂ ਨੇ ਕਰੀ 500 ਵਿਅਕਤੀਆਂ ਦੇ ਫੁੱਟਬਾਲ ਸਮਰਥਕ ਸਮੂਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਪੁਲਿਸ ਤੇ ਪਤਰਾ ਕੀਤਾ ਅੱਗਾਂ ਲਾਂ ਤੋਂ ਇਲਾਵਾ ਪੰਨ ਤੋੜ ਵੀ ਕੀਤੀ ਕਟਨਾ ਦੇ ਵਿੱਚ ਦੋ ਪੁਲਿਸ ਅਧਿਕਾਰੀ ਜ਼ਖਮੀ ਹੋ ਗਏ ਖਬਰਾਂ ਮੁਤਾਬਕ ਮੁਲਕ ਦੀ ਰਾਜਧਾਨੀ ਐਮਸਟਰਡਮ ਅਤੇ ਹੇਗ ਦੇ ਵਿੱਚ ਵੀ ਅਸ਼ਾਂਤੀ ਦਾ ਮਾਹੌਲ ਹੈ ਆਸਟ੍ਰੇਲੀਆ ਦੇ ਵਿੱਚ 2014 ਤੋਂ ਬਾਅਦ ਪਹਿਲੀ ਵਾਰ ਹੀ ਅੱਤਵਾਦ ਦੇ ਖਾਤਰੇ ਦਾ ਪੱਧਰ ਘਟਾ ਕਰਾ ਦਿੱਤਾ ਗਿਆ ਦੇਸ਼ ਦੀ ਮੁਖ ਜਾਸੂਸੀ ਏਜੰਸੀ ਨੇ ਜਾਣਕਾਰੀ ਦਿੱਤੀ ਆਸਟ੍ਰੇਲੀਆ ਦੀ ਸੁਰੱਖਿਆ ਖੁਫੀਆ ਸੰਸਥਾ ਦੇ ਡਾਇਰੈਕਟਰ ਜਨਰਲ ਮਾਈਕ ਬਰਗੇਸ ਨੇ ਕਿਹਾ ਕਿ ਪੱਛਮੀ ਏਸ਼ੀਆ ਦੇ ਵਿੱਚ ਹੋਏ ਸੰਘਰਸ਼ ਦੇ ਵਿੱਚ ਇਸਲਾਮਿਕ ਸਟੇਟ ਸਮੂਹ ਦੀ ਹਾਰ ਅਤੇ ਅਲ ਕਾਇਦਾ ਦੇ ਗੈਰ ਪ੍ਰਭਾਵੀ ਪ੍ਰਚਾਰ ਕਰਕੇ ਪੱਛਮੀ ਮੁਲਕਾਂ ਦੇ ਨੌਜਵਾਨਾਂ ਨੂੰ ਅੱਤਵਾਦ ਨਾਲ ਜੋੜਨ ਵਿੱਚ ਨਾਕਾਮੀ ਇਸੇ ਖਤਰੇ ਨੂੰ ਘਟ ਕਰਨ ਦੀ ਵਜ੍ਹਾ ਬਣੀ ਹੈ ਇਸੇ ਕਰਕੇ ਆਸਟ੍ਰੇਲੀਆ ਦੇ ਵਿੱਚ ਕੱਟੜ ਪੰਥੀਆਂ ਦੀ ਗਿਣਤੀ ਵਧੀ ਹੈ ਬਰਗੇਸ ਨੇ ਕਿਹਾ ਕਿਸ ਤਾਈ ਮਤਲਬ ਨਹੀਂ ਹੈ ਕਿ ਖਤਰਾ ਘਟ ਗਿਆ ਹੁਣ ਵੀ ਇਸ ਗੱਲ ਦੀ ਸੰਭਾਵਨਾ ਬਣੀ ਹੋਈ ਹੈ ਕਿ ਅਗਲੇ 1 ਸਾਲ ਦੇ ਅੰਦਰ ਆਸਟ੍ਰੇਲੀਆ ਦੇ ਵਿੱਚ ਕੋਈ ਵਿਅਕਤੀ ਕਿਸੇ ਅਤਵਾਦੀ ਦੇ ਹੱਥੋਂ ਮਾਰਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਹਾਲਾਂਕਿ ਆਸਟ੍ਰੇਲੀਆ ਵਿੱਚ ਲੰਘੇ ਕੁਝ ਸਾਲਾਂ ਵਿੱਚ ਕੱਟਰ ਰਾਸ਼ਟਰਵਾਦ ਤੇ ਸੱਜੇ ਪੰਖੀ ਕੱਟੜਪੰਥੀ ਵਿਚਾਰਧਾਰਾ ਵਧੀ ਹੈ 2014 ਦੇ ਵਿੱਚ ਮੁਲਕ ਦੇ ਵਿੱਚ ਅਤਵਾਦ ਦੇ ਖਤਰੇ ਦੇ ਪੱਧਰ ਨੂੰ ਵਧਾਉਣ ਤੋਂ ਬਾਅਦ 11 ਅਤਵਾਦੀ ਹਮਲੇ ਹੋਏ ਤੇ 22 ਅਤਵਾਦੀ ਸਾਜ਼ਿਸ਼ਾਂ ਨੂੰ ناکام ਕੀਤਾ ਗਿਆ ਭਾਰਤੀ ਸ਼ੇਅਰ ਬਾਜ਼ਾਰ ਦੇ ਵਿੱਚ ਲਗਾਤਾਰ ਪੰਜਵੇਂ ਕਾਰੋਬਾਰੀ ਸੈਸ਼ਨ ਦੇ ਵਿੱਚ ਤੇਜ਼ੀ ਜਾਰੀ ਇਹ ਤੇ ਬੀਐਸਈ ਸੈਂਸੈਕਸ 211.16 ਅੰਕ ਚੜ ਕੇ ਹੁਣ ਤੱਕ ਦੇ ਆਪਣੇ ਸਭ ਤੋਂ ਉੱਚੇ ਪੱਧਰ 62504.80 ਅੰਕ ਤੇ ਬੰਦ ਹੋਇਆ ਸੈਂਸੈਕਸ ਦੇ ਸ਼ੇਰਾਂ ਦੇ ਵਿੱਚ ਰਿਲਾਇੰਸ ਇੰਡਸਟਰੀਜ਼ ਦਾ ਸ਼ੇਅਰ ਸਭ ਤੋਂ ਵੱਧ ਤਿੰਨ 48% ਦੀ ਚੜਿਆ ਫੀਫਾ ਵਰਲਡ ਕੱਪ ਦੀ ਗੱਲ ਕਰ ਲਈਏ ਤਾਂ ਗਰੁੱਪ ਜੀ ਦੇ ਇੱਕ ਮੈਚ ਦੇ ਵਿੱਚ ਕੈਮਰੂਨ ਤੇ ਸਰਬੀਆ ਦਾ ਮੁਕਾਬਲਾ 3-3 ਨਾਲ ਬਰਾਬਰੀ ਤੇ ਰਿਹਾ ਤੇ ਕਾਫੀ ਰੋਮਾਂਚਕ ਮੁਕਾਬਲਾ ਖਿਡਾਰੀਆਂ ਦੇ ਵੱਲੋਂ ਖੇਡਿਆ ਗਿਆ। ਇਸ ਮੈਚ ਦੇ ਵਿੱਚ ਸਰਬੀਆ ਸ਼ੁਰੂ ਤੋਂ ਹਾਵੀ ਰਿਹਾ ਪਹਿਲੇ ਹਾਫ ਵਿੱਚ 3-1 ਨਾਲ ਅੱਗੇ ਚੱਲ ਰਿਹਾ ਸਰਬੀਆ ਦੇ ਖਿਲਾਫ ਕੈਮਰੂਨ ਨੇ ਦੂਸਰੇ ਹਾਫ ਦੇ ਵਿੱਚ ਵਾਪਸੀ ਕੀਤੀ ਮੈਚ 3-3 ਨਾਲ ਡਰਾ ਹੋ ਗਿਆ। ਪਾਕਿਸਤਾਨ ਟੈਸਟ ਸੀਰੀਜ਼ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਇੱਕ ਵੱਡਾ ਐਲਾਨ ਕੀਤਾ ਹੈ। ਉਹਨੇ ਟਵੀਟ ਕੀਤਾ ਕਿ ਇਤਿਹਾਸਿਕ ਸੀਰੀਜ਼ ਦੇ ਲਈ ਪਾਕਿਸਤਾਨ ਵਿੱਚ ਆ ਕੇ ਬਹੁਤ ਚੰਗਾ ਲੱਗ ਰਿਹਾ ਹੈ ਟੈਸਟ ਸੀਰੀਜ਼ ਦੇ ਲਈ ਇੱਥੇ 17 ਸਾਲ ਬਾਅਦ ਪਰਤ ਕੇ ਮੈਂ ਕਾਫੀ ਰੋਮਾਂਚਿਤ ਹਾਂ ਪਲੇਇੰਗ ਅਤੇ ਸਪੋਰਟ ਗਰੁੱਪ ਦੇ ਵਿੱਚ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੈ ਤੇ ਇੱਥੇ ਹੋਣਾ ਇੱਥੇ ਆਉਣਾ ਖਾਸ ਹੈ ਸਟੋਕਸ ਨੇ ਲਿਖਿਆ ਕਿ ਇਸ ਖੇਡ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਮੈਂ ਅਜਿਹਾ ਸਮਝਦਾ ਕਿ ਤੁਹਾਨੂੰ ਕੁਝ ਵਾਪਸ ਮਿਲਣਾ ਚਾਹੀਦਾ ਜੋ ਕ੍ਰਿਕਟ ਤੋਂ ਵੀ ਉੱਤੇ ਹੈ ਬੇਨ ਸਟੋਕਸ ਨੇ ਐਲਾਨ ਕੀਤਾ ਕਿ ਉਸ ਟੈਸਟ ਸੀਰੀਜ਼ ਤੋਂ ਮਿਲਣ ਵਾਲੀ ਮੈਚ ਦੀ ਫੀਸ ਨੂੰ ਪਾਕਿਸਤਾਨ ਦੇ ਵਿੱਚ ਹੜ੍ਹ ਰਾਹਤ ਲਈ ਦਾਨ ਕਰ ਦੇਣਗੇ ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ ਤੇ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ ਧੰਨਵਾਦ